ਖਬਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ। ਇਹਨਾਂ ਖਬਰਾਂ ਤੇ ਚਰਚਾ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਤਨਵੰਤ ਸਿੰਘ ਘੁਮਾਣ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਤਨਵੰਤ ਜੀ, ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਭਾਈ ਜੀ। ਤਨਵੰਤ ਜੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇੱਕ ਵਾਰ ਫਿਰ ਕਿਸਾਨ ਅੰਦੋਲਨ ਤੇ ਬਿਆਨ ਆਇਆ ਕਿ ਕਿਸਾਨ ਵਿਰੋਧ ਦਾ ਨਹੀਂ ਬਲਕਿ ਵਿਰੋਧ ਦਾ ਏਜੰਡਾ ਲੈ ਕੇ ਜਿਹੜਾ ਅੰਦੋਲਨ ਕਰ ਰਹੇ ਨੇ ਅਤੇ ਜਿਹੜੇ ਮੁੱਠੀ ਭਰ ਲੋਕ ਨੇ ਉਹੀ ਇਸ ਅੰਦੋਲਨ ਨੂੰ ਚਲਾ ਰਹੇ ਨੇ। ਸੁਖਬੀਰ ਜੀ, ਜੇਕਰ ਹੁਣ ਕਿਸਾਨ ਅੰਦੋਲਨ ਦੇ ਬਾਰੇ ਮਨੋਹਰ ਲਾਲ ਖੱਟਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਦੂਜੇ ਤੀਜੇ ਦਿਨ ਹਰ ਕੋਈ ਨਵਾਂ ਬਿਆਨ ਆ ਹੀ ਜਾਂਦਾ ਹੈ। ਬਸ ਬਿਆਨ ਦੀ ਸ਼ਬਦਾਵਲੀ ਨਵੀਂ ਹੁੰਦੀ ਹੈ, ਭਾਵਨਾ ਉਹਦੇ ਪਿੱਛੇ ਇੱਕੋ ਹੀ ਹੈ ਕਿ ਜਿਹੜੇ ਕਿਸਾਨ ਨੇ ਉਹ ਗਲਤ ਨੇ, ਜਿਹੜੇ ਕਿਸਾਨ ਨੇ ਉਹ ਥੋੜ੍ਹੇ ਨੇ, ਜਿਹੜੇ ਕਿਸਾਨ ਨੇ ਉਹ ਸਰਕਾਰ ਨਾਲ ਜਾਣ ਬੁੱਝ ਕੇ ਪੰਗੇ ਲੈ ਰਹੇ ਨੇ, ਜਿਹੜੇ ਕਿਸਾਨ ਨੇ ਉਹ ਸਰਕਾਰ ਵਿਰੋਧੀ ਨੇ। ਭਾਵਨਾ ਉਹਨਾਂ ਸਾਰੀਆਂ ਗੱਲਾਂ ਦੇ ਪਿੱਛੇ, ਇਹਨਾਂ ਦੇ ਬਿਆਨਾਂ ਦੇ ਪਿੱਛੇ ਇੱਕੋ ਹੀ ਹੈ। ਅਤੇ ਜਦੋਂ ਹੁਣ ਮਨੋਹਰ ਲਾਲ ਖੱਟਰ ਦਾ ਅੱਜ ਬਿਆਨ ਆਉਂਦਾ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਮੁੱਠੀ ਭਰ ਕਿਸਾਨ ਨੇ ਜਿਹੜੇ ਕਿ ਧਰਨਿਆਂ ਦੇ ਵਿੱਚ ਬੈਠੇ ਨੇ, ਜ਼ਿਆਦਾ ਸੰਖਿਆ ਦੇ ਵਿੱਚ ਜਿਹੜੇ ਹਰਿਆਣੇ ਦੇ ਲਾ ਲਓ, ਪੰਜਾਬ ਦੇ ਲਾ ਲਓ ਕਿਸਾਨ ਨੇ, ਉਹ ਇਹਨਾਂ ਕਾਨੂੰਨਾਂ ਦੇ ਸਮਰਥਨ ਦੇ ਵਿੱਚ ਨੇ, ਉਹ ਇਹਨਾਂ ਕਾਨੂੰਨਾਂ ਨੂੰ ਮੰਨਦੇ ਨੇ। ਪਰ ਖੱਟਰ ਸਾਹਿਬ ਨੂੰ ਇੱਕ ਗੱਲ ਪੁੱਛਣੀ ਬਣਦੀ ਹੈ ਕਿ ਜੇਕਰ ਬਾਰਡਰਾਂ 'ਤੇ ਬੈਠੇ ਕਿਸਾਨ ਮੁੱਠੀ ਭਰ ਨੇ, ਜੇਕਰ ਬਾਰਡਰਾਂ ਮਤਲਬ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਜੁਟੇ ਹੋਏ ਨੇ ਉਹ ਮੁੱਠੀ ਭਰ ਨੇ, ਫਿਰ ਆਪਣੀ ਸਰਕਾਰ ਨੂੰ ਡਰਨ ਦੀ ਕਾਹਦੀ ਲੋੜ ਹੈ ਜੀ? ਤੁਹਾਨੂੰ ਡਰ ਕਿਸ ਗੱਲ ਦਾ ਹੋ ਰਿਹਾ? ਜੇਕਰ ਪੰਜ ਚਾਰ ਕਿਸਾਨ ਮੁੱਠੀ ਭਰ ਕਿਸਾਨ ਨੇ, ਮੁੱਠੀ ਭਰ ਕਿਸਾਨਾਂ ਤੋਂ ਫਿਰ ਸਰਕਾਰ ਨੂੰ ਕਾਹਦਾ ਡਰ ਹੈ? ਸੋ ਸੁਖਬੀਰ ਜੀ, ਗੱਲ ਕਿਤੇ ਨਾ ਕਿਤੇ ਇਹ ਆਉਂਦੀ ਹੈ ਕਿ ਆਪਾਂ ਜੇਕਰ ਇਹ ਕਹੀ ਜਾਈਏ ਕਿ ਸਾਹਮਣੇ ਵਾਲਾ ਐਵੇਂ ਆ, ਸਾਹਮਣੇ ਵਾਲਾ ਐਵੇਂ ਆ, ਤਾਂ ਉਹਨਾਂ ਦੇ ਕਹਿਣ ਨਾਲ ਨਹੀਂ ਬਣਦਾ। ਜੋ ਕੁਛ ਹੈ ਉਹ ਲੋਕਾਂ ਨੂੰ ਦਿਖਦਾ, ਉਹ ਜਨਤਾ ਭਲੀ ਭਾਂਤ ਜਾਣਦੀ ਹੈ ਕਿ ਕਿਸਾਨ ਕਿੰਨੇ ਕੁ ਨੇ ਅਤੇ ਕਿੰਨੀ ਕੁ ਗਿਣਤੀ 'ਚ ਬੈਠੇ ਨੇ। ਮਨੋਹਰ ਲਾਲ ਖੱਟਰ ਨੂੰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜੇਕਰ ਤੁਹਾਨੂੰ ਇਹ ਗੱਲ ਲੱਗਦੀ ਹੈ ਕਿ ਕਿਸਾਨ ਜਿਹੜੇ ਉੱਥੇ ਬੈਠੇ ਨੇ ਉਹ ਮੁੱਠੀ ਭਰ ਨੇ, ਤਾਂ ਕਿਰਪਾ ਕਰਕੇ ਬੇਸ਼ੱਕ ਹੈਲੀਕਾਪਟਰ 'ਚ ਹੀ ਗੇੜਾ ਮਾਰਿਆ, ਉਹ ਇੱਕ ਵਾਰੀ ਬਾਰਡਰਾਂ ਦੇ ਉੱਤੋਂ ਆਪਣਾ ਹੈਲੀਕਾਪਟਰ ਘੁਮਾ ਕੇ ਦੇਖੋ, ਤੁਹਾਨੂੰ ਗਿਣਤੀ ਵੀ ਨਹੀਂ ਕਰ ਹੋਣੀ। ਸੋ ਇਹ ਗੱਲਾਂ ਕਿਤੇ ਨਾ ਕਿਤੇ ਸਿਆਣੇ ਬੰਦਿਆਂ ਦੇ, ਅਹੁਦੇਦਾਰ ਬੰਦਿਆਂ ਦੇ ਮੂੰਹੋਂ ਸੋਭਦੀਆਂ ਨਹੀਂ ਕਿ ਆਪਾਂ ਸਿੱਧੇ ਤੌਰ 'ਤੇ ਕਿਸੇ ਚੀਜ਼ ਨੂੰ ਮੰਨਣ ਦੀ ਬਜਾਏ, ਸਿੱਧੇ ਤੌਰ 'ਤੇ ਉਹਦਾ ਵਿਰੋਧ ਕਰਨ ਦੀ ਬਜਾਏ, ਉਹਨਾਂ ਨੂੰ ਆਪਾਂ ਆਪਣੀ ਸ਼ਬਦਾਵਲੀ 'ਚ ਮੈਨੂਪਲੇਟ ਕਰਕੇ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਕਹਿ ਦੀ ਕਿ ਉਹ ਤਾਂ ਮੁੱਠੀ ਭਰ ਕਿਸਾਨ ਨੇ, ਉਹ ਤਾਂ ਅੱਤਵਾਦੀ ਨੇ ਜੀ, ਉਹ ਤਾਂ ਮਾਓਵਾਦੀ ਨੇ ਜੀ, ਉਹ ਤਾਂ ਐਵੇਂ ਨਹੀਂ। ਕਿਉਂਕਿ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ, ਕਿਸਾਨ ਅੰਦੋਲਨ 'ਤੇ ਪਹਿਲਾਂ ਬਹੁਤ ਸਾਰੇ ਇਲਜ਼ਾਮ ਲਗਾਏ ਗਏ, ਉਹਨਾਂ ਨੂੰ ਅੱਤਵਾਦੀ ਵੀ ਕਿਹਾ ਗਿਆ, ਉਹਨਾਂ ਨੂੰ ਮਾਓਵਾਦੀ ਵੀ ਕਿਹਾ ਗਿਆ, ਖਾਲਿਸਤਾਨੀ ਕਿਹਾ ਗਿਆ, ਕਿਸਾਨਾਂ ਦੀ ਮਤਲਬ ਕਿ ਹਰ ਦਾਉ ਪੇਚ ਖੇਡਿਆ ਗਿਆ ਜਿਹਦੇ ਨਾਲ ਕਿ ਕਿਸਾਨਾਂ ਨੂੰ ਮਤਲਬ ਕਿ ਬਦਨਾਮ ਕੀਤਾ ਜਾਵੇ, ਉੱਥੋਂ ਜਿਹੜੇ ਧਰਨੇ 'ਤੇ ਕਿਸਾਨ ਜਾ ਰਹੇ ਸੀ, ਕਿਸਾਨ ਮੋਰਚੇ ਨੂੰ ਬਦਨਾਮ ਕੀਤਾ ਜਾਵੇ। ਪਰ ਜਦੋਂ ਸਰਕਾਰ ਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਜਿਹੜੇ ਇਹ ਕਿਸਾਨ ਨੇ ਇਹ ਹੁਣ ਪਿੱਛੇ ਨਹੀਂ ਮੁੜਨ ਵਾਲੇ, ਇਹ ਤਾਂ ਪਾਣੀ ਦੀਆਂ ਵਿਛਾਰਾਂ ਤੋਂ ਵੀ ਨਹੀਂ ਪਿੱਛੇ ਮੁੜਦੇ, ਇਹ ਤਾਂ ਜਿਹੜੇ ਪੁਲਿਸ ਆਰਮੀ ਲਗਾ ਲਈ ਉਹਨਾਂ ਤੋਂ ਵੀ ਨਹੀਂ ਪਿੱਛੇ ਹਟਦੇ, ਇਹ ਤਾਂ ਅਸੀਂ ਸੜਕਾਂ ਪਟਵਾ ਕੇ ਦੇਖ ਲਈਆਂ ਫਿਰ ਵੀ ਨਹੀਂ ਹਟਦੇ, ਇਹ ਤਾਂ ਸੜਕਾਂ 'ਤੇ ਅਸੀਂ ਪੱਥਰ ਰੱਖ ਕੇ ਦੇਖ ਲਏ ਫਿਰ ਵੀ ਪਿੱਛੇ ਨਹੀਂ ਹਟਦੇ। ਤਾਂ ਜਦੋਂ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਇਹ ਪਿੱਛੇ ਹਟਣ ਵਾਲੇ ਨਹੀਂ, ਤਾਂ ਫਿਰ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕਿਸਾਨ ਬਦਨਾਮ ਕਰਨ ਦੇ ਲਈ ਉਹਨਾਂ ਨੇ ਪਹਿਲਾਂ ਸਿੱਧੇ ਤੌਰ 'ਤੇ ਜਿਹੜੀ ਮੋਦੀ ਦੀ ਗੋਦੀ ਮੀਡੀਆ ਨੇ ਬਹੁਤ ਜ਼ਿਆਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਗੋਦੀ ਮੀਡੀਆ ਦੇ ਚੈਨਲਸ ਨੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਅੱਤਵਾਦੀ, ਮਾਓਵਾਦੀ, ਬਹੁਤ ਸਾਰੇ ਜਿਹੜੇ ਕਿ ਇਸ ਤਰ੍ਹਾਂ ਦੇ ਐਂਟੀ ਨੇਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਤੋਂ ਬਾਅਦ ਜਦੋਂ ਇਹ ਵੀ ਏਜੰਡਾ ਉਹਨਾਂ ਦਾ ਫੇਲ ਹੋ ਗਿਆ, ਉਹਨਾਂ ਨੇ ਇੱਕ ਨਵੀਂ ਸਕੀਮ ਖੇਡੀ, ਬੀਬੀ ਕੰਗਣਾ ਰਣੌਤ ਵਾਲੀ। ਬੀਬੀ ਕੰਗਣਾ ਰਣੌਤ ਨੇ ਹੁਣ ਸਿੱਧੇ ਸਿੱਧੇ ਤੌਰ 'ਤੇ ਮੈਂ ਇੱਕ ਗੱਲ ਬੀਬੀ ਜੀ ਨੂੰ ਪਹਿਲਾਂ ਵੀ ਸਵਾਲ ਕੀਤਾ, ਇਹ ਗੱਲ ਹੁਣ ਵੀ ਪੁੱਛਣਾ ਚਾਹੁੰਦਾ ਵੀ ਤੈਨੂੰ ਕਿਸਾਨ ਧਰਨੇ ਬਾਰੇ ਪਤਾ ਕੀ ਹੈ, ਵੀ ਤੇਰਾ ਕਿਸਾਨ ਧਰਨੇ 'ਚ ਲੈਣਾ ਦੇਣਾ ਕੀ ਬਣਦਾ? ਜਦੋਂ ਹੋਰ ਕੋਈ ਫਿਲਮੀ ਐਕਟਰ ਨੇ, ਹੋਰ ਵੀ ਐਕਟਰ ਨੇ, ਜੇ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਬੋਲ ਰਹੇ ਤਾਂ ਉਹ ਕਿਸਾਨਾਂ ਦੇ ਵਿਰੋਧ 'ਚ ਵੀ ਨਹੀਂ ਬੋਲੇ, ਫਿਰ ਤੈਨੂੰ ਕਿਸਾਨ ਧਰਨੇ ਤੋਂ ਪ੍ਰੋਬਲਮ ਕੀ ਹੈ? ਤੂੰ ਉੱਥੇ ਜਾ ਕੇ ਕਹਿੰਦੀ ਆ ਕਿ ਬੀਬੀਆਂ ਇਹ ਤਾਂ ਪੈਸੇ ਲੈ ਕੇ ਆਉਂਦੀਆਂ ਨੇ, ਦਿਹਾੜੀ 'ਤੇ ਆਉਂਦੀਆਂ ਨੇ। ਉਸ ਤੋਂ ਬਾਅਦ ਜਿਹੜੇ ਬੰਦੇ ਕਿਸਾਨ ਧਰਨੇ ਦੇ ਹੱਕ 'ਚ ਬੋਲਦੇ ਨੇ ਉਹਨਾਂ ਨੂੰ ਫਿਰ ਤੂੰ ਅੱਤਵਾਦੀ ਕਹਿੰਦੀ ਆ, ਕਦੇ ਕਿਸੇ ਨੂੰ ਕੁਛ ਕਹਿੰਦੀ ਆ। ਗੱਲ ਇੱਥੇ ਆਉਂਦੀ ਆ ਕਿ ਕਿਤੇ ਨਾ ਕਿਤੇ ਜਿਹੜੀ ਇਹ ਬੀਬੀ ਕੰਗਣਾ ਰਣੌਤ ਹੈ, ਉਹਦੇ ਚਿਹਰੇ ਦੀ ਫਿਲਮੀ ਐਕਟਰ ਕਰਕੇ, ਬਾਲੀਵੁੱਡ ਦੀ ਐਕਟਰਸ ਹੋਣ ਕਰਕੇ ਦੁਨੀਆ ਦੇ ਵਿੱਚ ਥੋੜ੍ਹੀ ਬਹੁਤੀ ਪਹਿਚਾਣ ਹੈ, ਤਾਂ ਇਹਨਾਂ ਨੇ ਇੱਕ
ਚਾਲ ਖੇਡੀ ਕਿ ਉਹ ਬੀਬੀ ਦੇ ਮੂੰਹੋਂ ਸਭ ਕੁਝ ਕਹਾ ਦਿਓ ਕਿ ਉਹਦੇ ਜਿਹੜੇ ਫੈਨ ਨੇ ਉਹਨੂੰ ਜਿਹੜੇ ਫੋਲੋ ਕਰਦੇ ਨੇ ਲੋਕ ਉਹ ਮੰਨ ਲੈਣਗੇ ਕਿ ਹਾਂ ਇਹ ਤਾਂ ਕਿਸਾਨ ਸੱਚਮੁੱਚ ਹੀ ਐਵੇਂ ਦੇ ਨੇ ਜੀ। ਪਰ ਅਸਲ ਦੇ ਵਿੱਚ ਸੁਖਵੀਰ ਜੀ ਜੋ ਜ਼ਮੀਨੀ ਹਕੀਕਤ ਹੈ ਜੋ ਅਸਲੀਅਤ ਹੈ ਉਹ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਚੰਗੀ ਤਰ੍ਹਾਂ ਜਾਣ ਗਏ ਨੇ ਕਿ ਕਿਸਾਨ ਅੰਦੋਲਨ ਅਸਲ ਦੇ ਵਿੱਚ ਕੀ ਹੈ ਅਤੇ ਕਿਸਾਨ ਕਿਉਂ ਆਪਣੇ ਹੱਕਾਂ ਦੇ ਲਈ ਬੈਠੇ ਨੇ ਉੱਥੇ ਅਤੇ ਕਿਵੇਂ ਉਹਨਾਂ ਦੇ ਕਿਹੜੇ ਕਿਹੜੇ ਜਿਹੜੀ ਸਰਕਾਰ ਹੈ ਉਹਨਾਂ ਦੇ ਨਾਲ ਕਿਵੇਂ ਧੱਕਾ ਕਰ ਰਹੀ ਹੈ। ਮਤਲਬ ਕਿ ਜਿਹੜੇ ਲੋਕ ਨੇ ਉਹ ਅਸਲੀਅਤ ਤੋਂ ਜਾਣੂ ਨੇ, ਲੋਕਾਂ ਨੂੰ ਅਸਲੀਅਤ ਦਾ ਪਤਾ ਹੈ, ਪਰ ਜਿਹੜੀ ਸਰਕਾਰ ਹੈ ਉਹ ਲੋਕਾਂ ਨੂੰ ਦੱਸ ਰਹੀ ਹੈ ਵੀ ਸੱਚ ਇਹ ਨਹੀਂ ਜੋ ਤੁਹਾਨੂੰ ਪਤਾ ਹੈ ਜੀ, ਸੱਚ ਉਹ ਹੈ ਜੋ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਤਸਵੀਰ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਹ ਸੱਚ ਹੈ। ਪਰ ਬਾਈ ਜੀ ਗੱਲ ਐਂ ਆ ਕਿ ਜਿਹੜੇ ਉੱਥੇ ਕਿਸਾਨ ਪਹੁੰਚੇ ਹੋਏ ਨੇ ਉਹ ਪਿੰਡਾਂ ਤੋਂ ਗਏ ਨੇ, ਆਮ ਪਿੰਡਾਂ ਦੇ ਆਮ ਘਰਾਂ ਦੇ ਲੋਕ ਨੇ, ਤਾਂ ਉੱਥੇ ਜਿਹੜੀਆਂ ਬੀਬੀਆਂ ਗਈਆਂ ਨੇ ਉਹ ਵੀ ਆਮ ਘਰਾਂ ਦੀਆਂ ਨੇ। ਹੁਣ ਜਿਹੜੇ ਬੰਦੇ ਦੇ ਘਰ 'ਚੋਂ ਜਿਹੜੇ ਬੰਦੇ ਦੇ ਪਿੰਡ 'ਚੋਂ ਲੋਕ ਉੱਠ ਕੇ ਉੱਥੇ ਜਾ ਰਹੇ ਨੇ ਉਹਨਾਂ ਦੇ ਅੱਖੀਂ ਦੇਖਣ ਦੀ ਗੱਲ ਹੈ, ਉਹ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਨਰਿੰਦਰ ਮੋਦੀ ਨੂੰ ਬੇਸ਼ੱਕ ਆਪਾਂ ਸੁਣਦੇ ਰਹੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਾਂ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹਾਂ ਜੀ, ਉਹਨਾਂ ਦੀਆਂ ਗੱਲਾਂ 'ਤੇ ਕਿਵੇਂ ਵਿਸ਼ਵਾਸ ਕਰ ਲਈਏ। ਆ ਜਿਹੜੇ ਖੱਟੜ ਸਾਹਿਬ ਰੋਜ਼ ਹਰ ਰੋਜ਼ ਤੀਜੇ ਦਿਨ ਬਿਆਨ ਦੇ ਦਿੰਦੇ ਨੇ ਕਿਸਾਨਾਂ ਦੇ ਬਾਰੇ, ਖੱਟੜ ਸਾਹਿਬ ਨੂੰ ਅਸੀਂ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਖੱਟੜ ਦੀਆਂ ਗੱਲਾਂ 'ਤੇ ਕਿਵੇਂ ਵਿਸ਼ਵਾਸ ਕਰ ਲਈਏ। ਸੋ ਗੱਲ ਬਾਈ ਜੀ ਇਹ ਬਣਦੀ ਹੈ ਕਿ ਜੇਕਰ ਤੁਹਾਨੂੰ ਕੋਈ ਕਿਸਾਨ ਧਰਨੇ ਤੋਂ ਪ੍ਰੋਬਲਮ ਹੈ, ਜੇਕਰ ਤੁਹਾਨੂੰ ਕਿਸਾਨ ਧਰਨੇ ਦੀ ਕੋਈ ਤਕਲੀਫ ਆਉਂਦੀ ਹੈ, ਤਾਂ ਤੁਸੀਂ ਸਿੱਧੇ ਸਿੱਧੇ ਤੌਰ 'ਤੇ ਕਹੋ ਵੀ ਭਾਈ ਕਿਸਾਨ ਨੇ ਜਿਹੜੀ ਆਹ ਚੀਜ਼ ਗਲਤ ਕਰਦੇ ਨੇ, ਇਹ ਚੀਜ਼ ਸੁਧਾਰਨੀ ਚਾਹੀਦੀ ਹੈ। ਬਾਕੀ ਧਰਨੇ ਲਾਉਣ ਦਾ, ਐਜੀਟੇਸ਼ਨ ਕਰਨ ਦਾ ਤਾਂ ਹਰੇਕ ਬੰਦੇ ਨੂੰ ਹੱਕ ਹੈ ਜੀ, ਆਪਣੇ ਦੇਸ਼ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਹਰੇਕ ਬੰਦੇ ਨੂੰ ਧਰਨੇ ਲਾਉਣ ਦਾ ਹੱਕ ਹੈ। ਬਸ ਫਰਕ ਇੰਨਾ ਕੁ ਹੈ ਕਿ ਜੇਕਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਧਰਨੇ ਲਗਾਏ ਜਾਂਦੇ ਨੇ, ਉੱਥੇ ਸਾਇਲੈਂਟਲੀ ਰੂਪ 'ਚ ਧਰਨੇ ਲਗਾਏ ਜਾਂਦੇ ਨੇ, ਨਾਅਰੇਬਾਜ਼ੀ ਨਹੀਂ ਕੀਤੀ ਜਾਂਦੀ, ਉਹ ਝੰਡੇ ਫੜ ਕੇ ਜਾਂ ਬੈਨਰ ਫੜ ਕੇ ਆਪਣੇ ਜਿਹੜੇ ਸੰਬੰਧਿਤ ਅਧਿਕਾਰੀ ਹੁੰਦਾ ਉਹਨਾਂ ਦੇ ਦਫ਼ਤਰ ਮੂਹਰੇ ਜਾਂਦੇ ਨੇ, ਅਤੇ ਲੋਕ ਉਹਨਾਂ ਦੀਆਂ ਮੰਗਾਂ ਸੁਣਦੇ ਨੇ ਅਤੇ ਗੱਲ ਵੀ ਕਰਦੇ ਨੇ। ਸਾਡੇ ਵਾਲਾ ਹਾਲ ਨਹੀਂ ਹੈ ਕਿ ਲੋਕ ਸਾਲ ਸਾਲ ਧਰਨਿਆਂ 'ਤੇ ਬੈਠੇ ਰਹੇ, 6-6 ਮਹੀਨੇ ਧਰਨਿਆਂ 'ਤੇ ਬੈਠੇ, ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ, ਅਤੇ ਜਦੋਂ ਫਿਰ ਕਹਿੰਦੇ ਵੀ ਬੰਦੇ ਦੀ ਆਵਾਜ਼ ਨਹੀਂ ਨਾ ਕਿਸੇ ਤੱਕ ਪਹੁੰਚਦੀ, ਤਾਂ ਉਸ ਆਵਾਜ਼ ਨੂੰ ਪਹੁੰਚਾਉਣ ਲਈ ਫਿਰ ਨਾਅਰੇ ਵੀ ਲਾਏ ਜਾਂਦੇ ਨੇ, ਤਾਂ ਉਹਨੂੰ ਪਹੁੰਚਾਉਣ ਦੇ ਲਈ ਫਿਰ ਲੋਕ ਆ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਵਿੱਚ ਦੇਖ ਲਓ, ਫਿਰ ਗੀਤ ਵੀ ਲੋਕਾਂ ਨੇ ਕੱਢੇ। ਮਤਲਬ ਕਿ ਇਸ ਤਰ੍ਹਾਂ ਹਰੇਕ ਪੱਖ ਤੋਂ ਹਰੇਕ ਵਰਗ ਆ ਜਿਹੜਾ ਉਹ ਕਿਸਾਨਾਂ ਦੀ ਸਪੋਰਟ ਕਰ ਰਿਹਾ। ਦੂਜੇ ਪਾਸੇ ਜੇ ਖੱਟੜ ਸਾਹਿਬ ਦੇ ਹੁਣ ਅੱਜ ਵਾਲੇ ਬਿਆਨ ਦੀ ਗੱਲ ਕਰੀਏ ਕਿ ਆ ਮੁੱਠੀ ਭਰ ਕਿਸਾਨ ਨੇ, ਤਾਂ ਖੱਟੜ ਸਾਹਿਬ ਨੂੰ ਇੱਕ ਗੱਲ ਸਾਫ਼ ਤੌਰ 'ਤੇ ਸਮਝ ਲੈਣੀ ਚਾਹੀਦੀ ਹੈ ਕਿ ਇਹ ਮੁੱਠੀ ਭਰ ਕਿਸਾਨਾਂ ਤੋਂ ਫਿਰ ਸਰਕਾਰ ਨੂੰ ਡਰਨ ਦੀ ਲੋੜ ਨਹੀਂ, ਸਰਕਾਰ ਆਪਣੀ ਕਾਰਵਾਈਆਂ ਕਰਦੇ ਰਹੇ, ਮੁੱਠੀ ਭਰ ਕਿਸਾਨ ਨੇ ਆਪੇ ਅੱਕ ਤੱਕ ਕੇ ਜਿਹੜੇ ਉੱਠ ਜਾਣਗੇ ਜੀ। ਪਰ ਅਸਲੀਅਤ ਕੀ ਹੈ, ਖੱਟੜ ਸਾਹਿਬ ਨੂੰ ਇਹ ਵੀ ਪਤਾ ਕਿ ਜੇ ਮੇਰੇ ਕਹਿਣ ਨਾਲ ਇਹ ਮੁੱਠੀ ਭਰ ਨਹੀਂ ਹੁੰਦੇ, ਇਹ ਕਿਸਾਨ ਨੇ ਜਿਹੜੇ ਲੱਖਾਂ ਦੀ ਗਿਣਤੀ 'ਚ ਬਾਰਡਰਾਂ 'ਤੇ ਬੈਠੇ ਨੇ, ਤੀਆਂ ਉੱਠਣਗੇ ਉਦੋਂ ਹੀ ਜਦੋਂ ਇਹਨਾਂ ਦੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ। ਸਮਾਜੀ, ਇੱਕ ਪਾਸੇ ਮਨੋਹਰ ਲਾਲ ਖੱਟਰ ਦਾ ਇਹ ਬਿਆਨ ਹੈ, ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਲੀ ਜੰਤਰ ਮੰਤਰ 'ਤੇ ਕਿਸਾਨਾਂ ਦੇ ਹੱਕ 'ਚ ਧਰਨਾ ਲਾਇਆ ਹੋਇਆ। 200 ਦਿਨਾਂ ਤੋਂ ਕਰੀਬ ਉਹ ਜਿਹੜਾ ਜੰਤਰ ਮੰਤਰ ਦੇ ਧਰਨੇ ਦੇ ਬਾਹਰ ਬੈਠੇ ਨੇ, ਅੱਜ ਜਿਹੜਾ CM ਕੈਪਟਨ ਉਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ, ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਅੱਜ ਦਾ ਜਿਹੜਾ ਧਰਨਾ ਹੈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੰਤਰ ਮੰਤਰ 'ਤੇ ਸ਼ਾਮਿਲ ਹੋਣ ਲਈ ਪਹੁੰਚ ਰਹੇ ਨੇ। ਕਹਿੰਦੇ ਵੀ ਜਿਹੜੀ ਕਾਂਗਰਸ ਪਾਰਟੀ ਹੈ, ਕਾਂਗਰਸ ਦੇ ਜਿਹੜੇ ਵਰਕਰ ਨੇ, ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਉੱਥੇ ਧਰਨਾ ਲਗਾਇਆ ਹੋਇਆ ਕਿਸਾਨਾਂ ਦੇ ਹੱਕ 'ਚ। ਪਹਿਲਾਂ ਤਾਂ ਕੈਪਟਨ ਸਾਹਿਬ ਨੂੰ ਇੱਕ ਗੱਲ ਚਾਹੀਦੀ ਸੀ ਕਿ ਜਦੋਂ ਕਿਸਾਨਾਂ ਨੇ ਥੋੜ੍ਹੇ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਟਰੈਕਟਰ ਰੈਲੀ ਕੱਢੀ ਸੀ ਤਾਂ ਉਹਨੂੰ ਰੋਕਣਾ ਨਹੀਂ ਚਾਹੀਦਾ ਸੀ, ਉਹਨੂੰ ਸਮਰਥਨ ਕਰਨਾ ਚਾਹੀਦਾ ਸੀ। ਜਦੋਂ ਆਪਣੇ ਸ਼ਹਿਰ 'ਚ ਉਹੀ ਬੰਦੇ ਧਰਨਾ ਲਾਉਣ ਆਉਂਦੇ ਨੇ ਜਾਂ ਟਰੈਕਟਰ ਰੈਲੀ ਕਰਨ ਆਉਂਦੇ ਨੇ ਤਾਂ ਉਹਨਾਂ ਦੀ ਆਓ ਭਗਤ ਕਰਨੀ ਸੀ, ਉਹਨਾਂ ਨੂੰ ਸਮਰਥਨ ਦਾ ਆਸ਼ਵਾਸਨ ਦੇਣਾ ਸੀ, ਵਿਸ਼ਵਾਸ ਦਿਵਾਉਣਾ ਸੀ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇੱਥੇ ਆਪਣੇ ਸ਼ਹਿਰ ਦੇ ਵਿੱਚ ਤਾਂ ਉਹਨਾਂ ਲੋਕਾਂ ਦਾ ਵਿਰੋਧ ਹੁੰਦਾ, ਇੱਥੇ ਤਾਂ ਉਹਨਾਂ ਨੂੰ ਪੁਲਿਸ ਲਾ ਕੇ ਰੋਕਿਆ ਜਾਂਦਾ, ਫੋਰਸ ਲਗਾਈ ਜਾਂਦੀ ਹੈ, ਪਰ ਉੱਥੇ ਜਾ ਕੇ ਦਿੱਲੀ ਜਾ ਕੇ ਉਹਨਾਂ ਲੋਕਾਂ ਦਾ ਸਮਰਥਨ ਕੀਤਾ ਜਾਂਦਾ। ਸੋ ਸਾਫ਼ ਸਾਫ਼ ਤੌਰ 'ਤੇ ਸੁਖਬੀਰ ਸਿੰਘ ਜੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਸਾਰੇ ਆਪਣੇ ਪੋਲੀਟੀਕਲ ਏਜੰਡੇ ਨੇ ਜਿਹੜੇ ਕਿ 2022 ਦੀਆਂ ਚੋਣਾਂ ਕਰਾ ਰਹੀਆਂ ਨੇ, ਕਿ ਜਿਹੜੇ ਹੁਣ ਲੀਡਰ ਨੇ, ਜਿਹੜੇ ਹੁਣ ਨੇਤਾ ਨੇ, ਉਹ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦੀ
ਗੱਲ ਅੱਗੇ ਰੱਖ ਰਹੇ ਨੇ, ਕਿਸਾਨਾਂ ਨੂੰ ਆਪਣਾ ਸਮਰਥਨ ਦਿਖਾ ਰਹੇ ਨੇ ਕਿ ਅਸੀਂ ਤੁਹਾਡਾ ਸਮਰਥਨ ਕਰ ਰਹੇ ਹਾਂ, ਤਾਂ ਕਿ ਕੱਲ੍ਹ ਨੂੰ ਜਦੋਂ ਚੋਣਾਂ ਹੋਣਗੀਆਂ ਫਿਰ ਕਿਸਾਨਾਂ ਦਾ ਸਮਰਥਨ ਵੀ ਲਿਆ ਜਾ ਸਕੇ ਜੀ। ਸੋ ਕਿਸਾਨਾਂ ਤਾਂ ਪਹਿਲੀ ਤੌਰ 'ਤੇ ਐਲਾਨ ਕਰ ਰੱਖਿਆ, ਕਿਸਾਨ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਸਾਨੂੰ ਕਿਸੇ ਪੋਲੀਟੀਕਲ ਪਾਰਟੀ ਦੀ ਲੋੜ ਨਹੀਂ, ਸਾਡੇ ਕੋਲ ਕੋਈ ਪੋਲੀਟੀਕਲ ਨੇਤਾ ਨਾ ਆਵੇ। ਉਂਝ ਕੋਈ ਕਿਸਾਨ ਬਣ ਕੇ ਆਉਂਦਾ ਸਾਡੇ ਕੋਲ, ਆਮ ਬੰਦਾ ਬਣ ਕੇ ਆਉਂਦਾ, ਜਦ ਮਰਜ਼ੀ ਆਓ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਕਿਸਾਨਾਂ ਦਾ ਕੋਈ ਰੋਸਾ ਥੋੜ੍ਹੀ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਨਾਲ ਕੋਈ ਵਿਰੋਧ ਥੋੜ੍ਹੀ ਹੈ। ਗੱਲ ਸਿਰਫ ਇੰਨੀ ਹੈ ਕਿ ਕਿਸਾਨ ਕਹਿੰਦੇ ਨੇ ਕਿ ਜੇ ਕੋਈ ਲੀਡਰ ਬਣ ਕੇ ਸਾਡੇ ਕੋਲ ਆਉਂਦਾ, ਜੇ ਕੋਈ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਸਾਡੇ ਕੋਲ ਆਉਂਦਾ, ਉਹ ਗੱਲ ਸਾਨੂੰ ਮਨਜ਼ੂਰ ਨਹੀਂ। ਉਂਝ ਜੇ ਕੋਈ ਚਾਹੇ ਮੁੱਖ ਮੰਤਰੀ ਹੀ ਹੋਵੇ, ਕਿਸਾਨ ਬਣ ਕੇ ਸਾਡੇ ਕੋਲ ਆਉਂਦਾ, ਤਾਂ ਉਹਦਾ ਵੈਲਕਮ ਹਰ ਟਾਈਮ ਜੀ। ਸੋ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਜੇ ਉੱਥੇ ਗਏ ਨੇ ਤਾਂ ਕੁਛ ਗਿਣਤੀ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਵੀ ਸਕਦਾ ਕਿ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਗੱਲਾਂ ਮੰਨ ਲੈਣ, ਪਰ ਵੱਡੇ ਪੱਧਰ 'ਤੇ ਜਿਹੜੇ ਕਿ ਸੰਯੁਕਤ ਕਿਸਾਨ ਮੋਰਚਾ ਹੈ, ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ, ਚਾਹੇ ਅਕਾਲੀ ਦਲ ਹੋਵੇ, ਉਹ ਕਿਸੇ ਵੀ ਪਾਰਟੀ ਨੂੰ ਹੈ ਜਿਹੜਾ ਆਪਣੇ ਨਾਲ ਰਲਾਉਣ ਤੋਂ, ਕਿਸੇ ਵੀ ਪਾਰਟੀ ਦਾ ਸਮਰਥਨ ਲੈਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਇਨਕਾਰ ਕਰ ਚੁੱਕੇ ਨੇ। ਧਨਵਾਨ ਜੀ, ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ SIT ਨੇ ਜਿਹੜੀ ਆ ਪੁੱਛਗਿੱਛ ਕੀਤੀ, 2.5 ਘੰਟੇ ਦੇ ਕਰੀਬ ਜਿਹੜੀ ਆ ਸਵਾਲ ਜਵਾਬ SIT ਨੇ ਕੀਤੇ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਕੁਲਤਾਰ ਸੰਧਵਾ, ਉਹਨਾਂ ਦਾ ਬਿਆਨ ਆਇਆ ਕਿ ਜੇਕਰ ਇਸ ਮਾਮਲੇ 'ਚ ਸਹੀ ਜਾਂਚ ਕਰਨੀ ਹੈ ਤਾਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਉਹ ਨਾਰਕੋ ਟੈਸਟ ਹੋਣਾ ਚਾਹੀਦਾ। ਦੇਖੋ ਜੀ ਸੁਖਬੀਰ ਸਿੰਘ ਜੀ, ਇੱਕ ਤਾਂ ਪਹਿਲੀ ਗੱਲ ਇਹ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਅਤੇ ਪੋਲੀਟੀਕਲ ਲੀਡਰਾਂ ਨੂੰ ਵੀ ਚੰਗੀ ਤਰ੍ਹਾਂ ਇਹ ਗੱਲ ਦਿਮਾਗ 'ਚ ਬਿਠਾ ਲੈਣੀ ਚਾਹੀਦੀ ਹੈ ਕਿ ਜਿਹੜਾ ਬੇਅਦਬੀ ਦਾ ਮੁੱਦਾ, ਇਹ ਇੱਕ ਧਾਰਮਿਕ ਅਤੇ ਇੱਕ ਲੋਕ ਜਨ ਦਾ ਮੁੱਦਾ ਹੈ, ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ, ਨਾ ਕਿ ਰਾਜਨੀਤਿਕ। ਪਰ ਜਦੋਂ ਦਾ ਇਹ ਮੁੱਦਾ ਪਹਿਲਾਂ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਸੀ, ਜਦੋਂ ਇਹ ਦੁਬਾਰਾ ਮੁੱਦਾ ਉੱਠਦਾ, ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਬੋਲਦੇ ਨੇ, ਫਿਰ ਸੁਖਬੀਰ ਬਾਦਲ ਹੋਰੀ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਵੀ ਆਮ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ। ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਰੇ ਹੀ ਜਿਹੜੇ ਮਤਲਬ ਕਿ ਲੀਡਰ ਨੇ, ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਇਹਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਪਰ ਬਾਈ ਜੀ, ਗੱਲ ਇੱਥੇ ਆਉਂਦੀ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਮਸਲਾ ਇਹ ਨਹੀਂ ਉਠਾਇਆ ਸੀ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਉਂ ਨਹੀਂ ਬੋਲੇ ਜੀ? ਉਸ ਤੋਂ ਪਹਿਲਾਂ ਉਹ ਕੁਲਤਾਰ ਸੰਧਵਾ ਹੋਰੇ ਨੇ ਇਹ ਗੱਲ ਕਿਉਂ ਨਹੀਂ ਕਹੀ ਕਿ ਜਿਹੜੇ ਨਾਰਕੋ ਟੈਸਟ ਹੋਣਾ ਚਾਹੀਦਾ, ਕਿਉਂਕਿ ਉਸ ਤੋਂ ਪਹਿਲਾਂ ਵੀ ਤਾਂ SIT ਦੀ ਜਾਂਚ ਚੱਲ ਹੀ ਰਹੀ ਸੀ ਜੀ। ਜਿਹੜੇ ਪਰਿਵਾਰ 'ਤੇ ਜਿਹੜੇ ਬੰਦਿਆਂ 'ਤੇ ਦੋਸ਼ ਲੱਗ ਰਹੇ ਸੀ ਉਸ ਟਾਈਮ ਦੀਆਂ ਸਰਕਾਰਾਂ 'ਤੇ ਦੋਸ਼ ਲੱਗ ਰਹੇ ਸੀ, ਤਾਂ ਉਹ ਤਾਂ ਉਸ ਟਾਈਮ ਵੀ ਚੱਲ ਰਹੇ ਸੀ, ਤੁਸੀਂ ਉਸ ਟਾਈਮ ਨਾਰਕੋ ਟੈਸਟ ਦੀ ਮੰਗ ਕਿਉਂ ਨਹੀਂ ਕੀਤੀ ਜੀ? ਗੱਲ ਕਿਤੇ ਨਾ ਕਿਤੇ ਬਾਈ ਜੀ ਆਉਂਦੀ ਹੈ ਕਿ ਠੀਕ ਹੈ, ਤੁਸੀਂ ਅੱਜ ਇਨਸਾਫ ਦੀ ਮੰਗ ਕਰਦੇ ਹੋ, ਤਾਂ ਇਨਸਾਫ ਦੀ ਮੰਗ ਅੱਜ ਤੱਕ 4.5 ਸਾਲ ਬੀਤ ਚੁੱਕੇ ਨੇ, ਵੀ ਤੁਸੀਂ ਉਦੋਂ ਦਾ ਇਹ ਏਜੰਡਾ ਕਿਉਂ ਨਹੀਂ ਉਠਾਇਆ ਕਿ ਇਸ ਮਸਲੇ ਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ? ਤਾਂ ਸਿੱਧੇ ਸਿੱਧੇ ਤੌਰ 'ਤੇ ਬਾਈ ਜੀ ਗੱਲ ਇਹ ਹੈ ਕਿ ਜਿਹੜੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਇਹਨਾਂ ਦੇ ਕਰਕੇ ਹੁਣ ਜਿਹੜੇ ਟੈਸਟਾਂ ਦੀ ਮੰਗ ਵੀ ਕੀਤੀ ਜਾਊਗੀ, ਸਾਰਾ ਕੁਛ ਕੀਤਾ ਜਾਊਗਾ। ਪਰ ਜਿਹੜਾ ਕਿ ਕੁਲਤਾਰ ਸੰਧਵਾ ਦਾ ਬਿਆਨ ਆਇਆ, ਜੇ ਆਪਾਂ ਉਹਦੀ ਹੀ ਗੱਲ ਕਰ ਲਈਏ, ਤਾਂ ਇੱਕ ਪਾਸੇ ਜੇ ਪ੍ਰਕਾਸ਼ ਸਿੰਘ ਬਾਦਲ ਤੋਂ ਉਹ ਮੰਗ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਨਾਰਕੋ ਟੈਸਟ ਹੋਣਾ ਚਾਹੀਦਾ, ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇਹ ਗੱਲ ਕਰ ਲੈਣੀ ਚਾਹੀਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹਨਾਂ ਦਾ ਨਾਰਕੋ ਟੈਸਟ ਕਰਾ ਦੇਣਾ ਚਾਹੀਦਾ। ਪਰ ਕੱਲ੍ਹ ਨੂੰ ਜੇ ਨਾਰਕੋ ਟੈਸਟ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਲਾ ਲਓ, ਜਿਹੜੇ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕੱਲ੍ਹ ਨੂੰ ਬੇਕਸੂਰ ਉਸ ਜਾਂਚ ਦੇ ਵਿੱਚ ਨਿਕਲਦੇ ਨੇ, ਉਸ ਟੈਸਟ ਦੇ ਵਿੱਚ ਬੇਕਸੂਰ ਨਿਕਲਦੇ ਨੇ, ਤਾਂ ਵਿਰੋਧੀਆਂ ਦੇ ਜਿਹੜੇ ਮੂੰਹਾਂ 'ਤੇ ਜਿੰਦੇ ਲੱਗ ਜਾਣਗੇ ਜੀ। ਤਾਂ ਵਿਰੋਧੀਆਂ ਨੂੰ ਫਿਰ ਚੁੱਪ ਕਰ ਜਾਣਾ ਚਾਹੀਦਾ, ਦੂਜੀ ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਸ ਮਸਲੇ ਦੇ ਨਾਲ ਨਹੀਂ ਜੋੜਨਾ ਚਾਹੀਦਾ। ਪਰ ਗੱਲ ਇੱਥੇ ਵੀ ਆਉਂਦੀ ਹੈ ਕਿ ਇਹਦੇ ਨਾਲ ਨਾਲ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਸ਼ਾਮਲ ਹੁੰਦੇ ਨੇ, ਤਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਵਾਲ ਉਠਾਏ ਜਾਂਦੇ ਨੇ ਕਿ ਜਿਹੜੇ ਇਹ ਜਾਂਚ ਹੁਣ ਤੱਕ ਚੱਲੀ ਹੈ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਅਗਵਾਈ ਦੇ ਹੇਠ, ਉਹ ਜਾਂਚ ਇੱਕ ਸਿਆਸਤ ਤੋਂ ਪ੍ਰਭਾਵਿਤ ਜਾਂਚ ਸੀ, ਜਿਹਦੇ 'ਤੇ ਚੱਲਦੇ ਚੱਲਦੇ
ਮਤਲਬ ਕਿ ਪਹਿਲਾਂ ਹੀ ਪਲੈਨ ਸੀ ਇਹ ਕੁੰਵਰ ਵਿਜੇ ਪ੍ਰਤਾਪ ਹੋਣੀ ਪਹਿਲਾਂ ਹੀ ਆਪਣੀ ਜਿਹੜੀ ਸਿਆਸੀ ਜ਼ਮੀਨ ਸੀ ਉਹ ਤਲਾਸ਼ ਰਹੇ ਸੀ ਜੀ, ਜਿਹੜੀ ਨੂੰ ਆਪਣਾ ਮਨੋਰਥ ਇੱਕ ਸਾਹਮਣੇ ਰੱਖ ਕੇ ਉਹਨਾਂ ਨੇ ਸਿੱਧੇ ਸਿੱਧੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਨਾਲ ਨਾਲ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਵੀ ਆਖੀ ਹੈ, ਉਹ ਕਹਿੰਦੇ ਵੀ ਜੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਰਕੋ ਟੈਸਟ ਕਰਾਉਣ ਤਾਂ ਇਸ ਗੱਲ ਦੀ ਸੱਚਾਈ ਸਾਹਮਣੇ ਆ ਸਕਦੀ ਹੈ ਜੀ। ਮੈਂ ਤਾਂ ਇਹੀ ਗੱਲ ਸਮਝਦਾ ਕਿ ਇੱਧਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ। ਸੱਚ ਸਾਹਮਣੇ ਆ ਜਾਏਗਾ, ਸੱਚ ਕੀ ਹੈ ਉਹ ਲੋਕਾਂ ਦੇ ਸਾਹਮਣੇ ਆ ਜਾਊਗਾ ਤੇ ਝੂਠਾ ਕੌਣ ਹੈ ਉਹ ਲੋਕਾਂ ਦੇ ਸਾਹਮਣੇ ਆ ਜਾਊਗਾ, ਜਨਤਾ ਕਿਸੇ ਨੂੰ ਮਾੜਾ ਨਹੀਂ ਆਖੂਗੀ। ਜੇਕਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਇਸ ਮਸਲੇ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ 'ਤੇ ਕੋਈ ਸ਼ੱਕ ਹੈ ਵੀ ਆ ਮਨ 'ਚ ਜੀ, ਤਾਂ ਨਾਰਕੋ ਟੈਸਟ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਰਾ ਦੇਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਇਹ ਟੈਸਟ ਤੁਸੀਂ ਕਰਾ ਲਓ। ਟੈਸਟ ਕਰਾਉਣ ਤੋਂ ਬਾਅਦ ਘੱਟੋ ਘੱਟ ਜਦੋਂ ਜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਟੈਸਟ ਦੇ ਵਿੱਚ ਕਲੀਅਰ ਆਉਂਦੇ ਨੇ, ਜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਟੈਸਟ ਦੇ ਵਿੱਚ ਸੱਚੇ ਸਾਬਿਤ ਹੁੰਦੇ ਨੇ, ਤਾਂ ਉਸ ਤੋਂ ਬਾਅਦ ਲੋਕਾਂ ਦੇ ਘੱਟੋ ਘੱਟ ਸਵਾਲ ਉੱਠਣੇ ਸ਼ੁਰੂ ਹੋ ਬੰਦ ਹੋ ਜਾਣਗੇ। ਲੋਕ ਆ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਲਈ ਦੁੱਗਣੀ ਇੱਜ਼ਤ ਵੱਧਜੂਗੀ ਲੋਕਾਂ ਦੇ ਮਨ 'ਚ ਕਿ ਹਾਂ ਇਹਨਾਂ ਨੂੰ ਤਾਂ ਇੱਕ ਸਿਆਸੀ ਜਿਹੜੇ ਦਾਅ ਪੇਚ ਦੇ ਅਧੀਨ ਆ ਜਿਹੜਾ ਉਹ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਇਹਦੇ ਵਿੱਚ ਕੋਈ ਕਸੂਰ ਨਹੀਂ। ਤਾਂ ਮੈਂ ਤਾਂ ਇਹੀ ਗੱਲ ਸਮਝਦਾ ਜੇ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸੱਚੇ ਨੇ, ਜੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਹੋਰੀ ਸੱਚੇ ਨੇ, ਤਾਂ ਦੋਵਾਂ ਨੂੰ ਨਾਰਕੋ ਟੈਸਟ ਕਰਾ ਲੈਣੇ ਚਾਹੀਦੇ ਨੇ, ਤਾਂ ਜਿਹੜਾ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਆ ਜੂ। ਤਰਵਾਨ ਜੀ, ਬੇਅਦਬੀ ਦੇ ਮੁੱਦੇ ਨੂੰ ਲੈ ਕੇ ਹੀ ਪੰਜਾਬ ਜਿਹੜਾ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵਿਵਾਦ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਇਹ ਵੱਖ ਵੱਖ ਤਰੀਕੇ ਨਾਲ ਕਿਆਸਰੀਆਂ ਲਗਾਈਆਂ ਜਾ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਾਂਗਰਸ ਪਾਰਟੀ ਨੂੰ ਛੱਡ ਦੇਣਗੇ। ਬੀਤੇ ਦਿਨੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਆਇਆ ਕਿ ਜੋ ਮਰਜ਼ੀ ਹੋ ਜਾਵੇ ਨਵਜੋਤ ਸਿੱਧੂ ਕਾਂਗਰਸ ਨਹੀਂ ਛੱਡਣਗੇ। ਦੇਖੋ ਜੀ ਸੁਖਬੀਰ ਜੀ, ਨਵਜੋਤ ਸਿੰਘ ਸਿੱਧੂ ਇਸ ਟਾਈਮ ਪੰਜਾਬ ਕਾਂਗਰਸ ਦੇ ਇੱਕ ਵੱਡੇ ਚਿਹਰੇ ਵਜੋਂ ਉੱਭਰ ਕੇ ਸਾਹਮਣੇ ਆਏ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਗੱਲ ਕਰ ਲਈਏ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਦੋ ਧੜੇ ਬਣ ਚੁੱਕੇ ਨੇ ਪੰਜਾਬ ਕਾਂਗਰਸ ਦੇ ਵਿੱਚ ਜੀ। ਇਹਨਾਂ ਦੋਵੇਂ ਧੜਿਆਂ 'ਚੋਂ ਜਿਹੜੇ ਛੋਟੇ ਛੋਟੇ ਹੋਰ ਵੀ ਲੀਡਰ ਨੇ ਉਹ ਵੀ ਆਪਸ 'ਚ ਲੜ ਤਾਂ ਰਹੇ ਨੇ, ਪਰ ਉਹਨਾਂ ਦਾ ਬਾਅਦ 'ਚ ਧਿਆਨ ਕੀਤਾ ਜਾਊਗਾ। ਪਹਿਲਾਂ ਇਹ ਵੱਡੇ ਮੁੱਦੇ ਨੂੰ ਸੁਲਝਾ ਲਈਏ, ਇਸੇ ਗੱਲ ਵੱਲ ਜਿਹੜਾ ਕਿ ਹੈਗਾ ਹਾਈਕਮਾਨ ਦਾ ਧਿਆਨ ਹੈ। ਹੁਣ ਹਾਈਕਮਾਨ ਕੀ ਚਾਹੁੰਦੀ ਹੈ ਕਿ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਜੇ ਤਾਂ ਉਹ ਸਿੱਧੂ ਸਾਹਿਬ ਨੂੰ ਛੱਡਦੇ ਨੇ ਤਾਂ ਵੀ ਉਹਨਾਂ ਦਾ ਨੁਕਸਾਨ ਹੈ, ਜੇ ਉਹ ਕੈਪਟਨ ਸਾਹਿਬ ਨੂੰ ਛੱਡਦੇ ਨੇ ਤਾਂ ਵੀ ਉਹਨਾਂ ਦਾ ਨੁਕਸਾਨ ਹੈ। ਹੁਣ ਇਸ ਚੀਜ਼ ਨੂੰ ਦੇਖਦੇ ਹੋਏ ਹਰੀਸ਼ ਰਾਵਤ ਹੋਰਾਂ ਤੋਂ ਹਾਈਕਮਾਨ ਅਸਲ 'ਚ ਜਿਹੜੀ ਵੀ ਕੋਈ ਗੱਲ ਆਉਂਦੀ ਹੈ ਉਹ ਹਾਈਕਮਾਨ ਦੇ ਹੁਕਮਾਂ ਤੋਂ ਬਿਨਾਂ ਨਹੀਂ ਬਾਹਰ ਆ ਸਕਦੀ। ਕਿਤੇ ਨਾ ਕਿਤੇ ਹਾਈਕਮਾਨ ਦੇ ਹੁਕਮ ਹੋਏ ਤਾਂ ਹਰੀਸ਼ ਰਾਵਤ ਹੋਰਾਂ ਨੇ ਜਿਹੜਾ ਕਿ ਮਤਲਬ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੱਕ 'ਚ ਬਿਆਨ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਪਾਰਟੀ ਨੂੰ ਨਹੀਂ ਛੱਡਣਗੇ, ਚਾਹੇ ਉਹ ਐਂ ਲਗਾ ਲਓ ਕਿ ਨਵਜੋਤ ਸਿੰਘ ਸਿੱਧੂ ਹੋਰਾਂ 'ਤੇ ਜਿਹੜੀ ਪਾਰਟੀ ਹੈ ਉਹ ਆਪਣਾ ਹੱਕ ਸਮਝਦੀ ਹੈ। ਹਰੀਸ਼ ਰਾਵਤ ਪੰਜਾਬ ਦੇ ਜਿਹੜੇ ਇੰਚਾਰਜ ਨੇ ਤਾਂ ਉਹਨਾਂ ਦਾ ਹੱਕ ਵੀ ਬਣਦਾ ਕਿ ਉਹ ਪੰਜਾਬ ਦੇ ਵਿੱਚ ਜੇਕਰ ਪਾਰਟੀ ਦੇ ਵਿੱਚ ਕੋਈ ਗੜਬੜੀ ਚੱਲਦੀ ਹੈ, ਪਾਰਟੀ ਦੇ ਵਿੱਚ ਕੋਈ ਮਨ ਮਟਾਓ ਚੱਲਦੇ ਨੇ, ਤਾਂ ਉਹਨਾਂ ਨੂੰ ਉਹ ਮਿਟਾਉਣ ਅਤੇ ਉਹ ਆਪਸ ਦੇ ਵਿੱਚ ਇੱਕਜੁੱਟ ਹੋ ਕੇ ਰੱਖਣ ਦਾ ਅਤੇ ਪਾਰਟੀ ਨੂੰ ਇੱਕਜੁੱਟ ਹੋ ਕਰਕੇ ਰੱਖਣ ਦਾ ਉਹਨਾਂ ਦਾ ਮਤਲਬ ਕਿ ਜਿਹੜਾ ਫਰਜ਼ ਬਣਦਾ ਜੀ। ਇਸ ਕਰਕੇ ਹੁਣ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ 'ਤੇ ਹੱਕ ਵੀ ਜਿਤਾਇਆ, ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਭਾਈ ਤੂੰ ਜੇ ਆਪਣੇ ਘਰ ਦਾ ਕੋਈ ਮੈਂਬਰ ਉਸ ਜੇ ਉਹਨੂੰ ਕਹਿ ਦਿੰਦੇ ਹਾਂ ਵੀ ਭਾਈ ਤੂੰ ਐਵੇਂ ਕਿਵੇਂ ਕਰ ਸਕਦਾ, ਜੇ ਉਹ ਕਹਿੰਦੇ ਵੀ ਮੈਂ ਤਾਂ ਘਰੋਂ ਘਰ ਛੱਡ ਕੇ ਚੱਲਿਆ, ਮੈਂ ਤਾਂ ਤੁਸੀਂ ਤਾਂ ਮੇਰੇ ਨਾਲ ਲੜਦੇ ਹੋ, ਤਾਂ ਘਰਦੇ ਹੀ ਕਹਿੰਦੇ ਨੇ ਵੀ ਤੂੰ ਜਾ ਕੇ ਦਿਖਾ ਜੀ। ਸੋ ਉਹ ਘਰਦੇ ਉਹਦੇ 'ਤੇ ਹੱਕ ਜਿਤਾਉਂਦੇ ਹੁੰਦੇ ਨੇ। ਇਸੇ ਤਰ੍ਹਾਂ ਹੁਣ ਘਰ ਦੇ ਜਿਹੜੇ ਹਰੀਸ਼ ਰਾਵਤ ਹੋਰੀ ਨੇ ਉਹ ਇੱਕ ਘਰ ਦੇ ਮੈਂਬਰ ਹੋਣ ਦੇ ਨਾਤੇ ਲਾ ਲਓ, ਉਹ ਵੱਡੇ ਮੈਂਬਰ ਹੋਣ ਦੇ ਨਾਤੇ ਲਾ ਲਓ, ਉਹ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਨੇ ਵੀ ਜੇ ਕਿਤੇ ਪਾਰਟੀ ਛੱਡਣ ਦਾ ਤੁਹਾਡੇ ਮਨ 'ਚ ਵਿਚਾਰ ਆ ਵੀ ਗਿਆ ਤੂੰ ਜਾ ਕੇ ਦਿਖਾ, ਵੀ ਜੇਕਰ ਤੇਰੇ 'ਤੇ ਸਾਡਾ ਹੱਕ ਹੈ ਤਾਂ ਸਾਡੇ 'ਤੇ ਵੀ ਤੇਰਾ ਹੱਕ ਹੈ ਜੀ। ਵੀ ਇਸ ਤਰ੍ਹਾਂ ਆਪਣੱਤ ਦਿਖਾਈ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹਨਾਂ ਨੂੰ ਪਾਰਟੀ ਐਵੇਂ ਨਹੀਂ ਛੱਡਣ ਦਿੱਤੀ ਜਾਵੇਗੀ। ਇਹਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਜੇ ਲੱਭਿਆ ਜਾਵੇ ਉਹ ਵੀ ਹੈ, ਅਤੇ ਪਾਰਟੀ ਦੇ ਇੱਕ ਜਿਹੜੀਆਂ 2022 ਦੀਆਂ ਚੋਣਾਂ ਆ ਰਹੀਆਂ ਨੇ ਇਹਨੂੰ ਵੀ ਮੱਦੇਨਜ਼ਰ ਰੱਖ ਕੇ ਇਹੋ ਜਿਹੇ ਬਿਆਨ ਆ ਜਿਹੜੇ ਸਾਹਮਣੇ ਆ ਰਹੇ ਨੇ। ਕਿਉਂਕਿ ਜੇਕਰ ਅੱਜ ਦੇ ਸਮੇਂ 'ਚ
ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਛੱਡਦੇ ਨੇ ਤਾਂ ਇਹ ਗੱਲ ਦੇਖਣ ਵਾਲੀ ਹੋਊਗੀ ਤਾਂ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਪਊਗਾ ਜੀ। ਦੂਜੇ ਪਾਸੇ ਜੇ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਜੀ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਟੀ ਦੇ ਅਹੁਦੇ ਦੀ ਜਾਂ ਫਿਰ ਅਹੁਦੇ ਤੋਂ ਪਰੇ ਕਰਦੇ ਨੇ ਤਾਂ ਇਹ ਗੱਲ ਦੇਖਣ ਵਾਲੀ ਹੈ ਕਿ ਪਾਰਟੀ ਨੂੰ ਫਿਰ ਵੀ ਕਾਂਗਰਸ ਸੋਰੀ ਪੰਜਾਬ ਦੇ ਵਿੱਚ ਆ ਜਿਹੜਾ ਬਹੁਤ ਵੱਡਾ ਘਾਟਾ ਚੱਲਣਾ ਪਊਗਾ ਜੀ। ਸੋ ਬੰਦੇ ਦੋ ਨੇ, ਸੀਟ ਇੱਕ ਹੈ, ਥਾਂ ਇੱਕ ਹੈ, ਇੱਕ ਮਿਆਨ 'ਚ ਦੋ ਤਲਵਾਰਾਂ ਪੈ ਨਹੀਂ ਸਕਦੀਆਂ ਜੀ, ਦੋਵਾਂ ਨੂੰ ਇਕੱਠੇ ਪਾ ਨਹੀਂ ਸਕਦੇ, ਪਰ ਦੋਵੇਂ ਤਲਵਾਰਾਂ ਨੂੰ ਉਡੀਕ 'ਚ ਰੱਖਿਆ ਜਾ ਸਕਦਾ ਵੀ ਕਿਹੜੀ ਪਊਗੀ। ਉਹ ਕੰਮ ਹੁਣ 2022 ਦੀਆਂ ਚੋਣਾਂ ਤੱਕ ਚੱਲੂਗਾ ਜੀ। ਜਦੋਂ ਹੁਣ ਜਿਹੜਾ ਕੱਲ੍ਹ ਪਰਸੋਂ ਫੈਸਲਾ ਲਿਆ ਗਿਆ ਹਾਈਕਮਾਨ ਵੱਲੋਂ ਕਿ ਸ਼ਾਇਦ ਕਿਤੇ ਨਾ ਕਿਤੇ ਮਤਲਬ ਕਿ ਪੰਜਾਬ ਦੇ ਵਿੱਚ ਆ ਜਿਹੜਾ ਉਹ CM ਦੇ ਚਿਹਰੇ ਦਾ ਐਲਾਨ ਨਾ ਹੀ ਕੀਤਾ ਜਾਵੇ ਜੀ, ਤਾਂ ਇਸੇ ਗੱਲ ਨੂੰ ਦੇਖਦੇ ਹੋਏ ਇਹ ਜਿਹੜਾ ਐਲਾਨ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਵੀ ਆਸ 'ਤੇ ਰਹਿਣਗੇ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਆਸ 'ਤੇ ਰਹਿਣਗੇ ਕਿ ਸ਼ਾਇਦ CM ਦਾ ਜਿਹੜਾ ਚਿਹਰਾ ਉਹ ਮੈਂ ਬਣਾਂਗਾ, ਅਤੇ ਦੂਜੇ ਪਾਸੇ ਉਹ ਸੋਚਣਗੇ ਕਿ ਮੈਂ ਬਣਾਂਗਾ ਜੀ। ਬਸ ਇਸੇ ਚੀਜ਼ ਨੂੰ ਲੈ ਕੇ ਵੀ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਇਸ ਕਲੇਸ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੀਜਾ ਰਸਤਾ ਲੱਭ ਕੇ ਠੰਡਾ ਕੀਤਾ ਜਾਵੇ। ਚੋਣਾਂ ਤੋਂ ਬਾਅਦ ਜਦੋਂ ਇੱਕ ਵਾਰੀ ਪਾਰਟੀ ਦੀ ਜਿੱਤ ਹੋ ਗਈ ਉਸ ਤੋਂ ਬਾਅਦ ਹਾਈਕਮਾਨ ਦੇ ਹੱਥ ਹੀ ਆ ਫੈਸਲਾ, ਉਹ ਜੋ ਮਰਜ਼ੀ ਕਰਨ, ਚਾਹੇ ਉਹ ਤੀਜੇ ਬੰਦੇ ਨੂੰ ਖੜ੍ਹਾ ਕਰਕੇ ਉਹਨੂੰ CM ਬਣਾ ਦੇਣ, ਉਸ ਤੋਂ ਬਾਅਦ ਦੀ ਗੱਲ ਬਾਅਦ 'ਚ ਆਉਂਦੀ ਹੈ। ਪਹਿਲਾਂ ਗੱਲ ਇਹ ਦੇਖਣ ਵਾਲੀ ਹੈ ਕਿ ਇਹਨਾਂ ਦੋਵੇਂ ਪਾਰਟੀਆਂ ਨੂੰ, ਦੋਵੇਂ ਧਿਰਾਂ ਨੂੰ ਜਿਹੜੀਆਂ ਕਿ ਅੱਜ ਪੰਜਾਬ ਕਾਂਗਰਸ 'ਚ ਬੜਾ ਮੁੱਦਾ ਬਣ ਕੇ ਸਾਹਮਣੇ ਆ ਰਹੀਆਂ ਨੇ, ਇਹਨਾਂ ਦੋਵੇਂ ਧਿਰਾਂ ਨੂੰ ਟਿਕਾਇਆ ਕਿਵੇਂ ਜਾਵੇ। ਸੋ ਇਹ ਚੀਜ਼ਾਂ ਨੂੰ ਅਤੇ ਪਾਰਟੀ ਦੇ ਹਿੱਤਾਂ ਨੂੰ ਦੇਖਦੇ ਹੋਏ ਜਿਹੜੇ ਹਰੀਸ਼ ਰਾਵਤ ਹੋਣਾ ਦਾ ਇਹ ਬਿਆਨ ਹੈ ਅਤੇ ਹਾਈਕਮਾਨ ਦੇ ਇਹ ਫੈਸਲੇ ਨੇ ਕਿ ਰਾਹੁਲ ਗਾਂਧੀ ਹਾਲੇ ਪੰਜਾਬ ਦੀ ਕਮਾਨ ਸੰਭਾਲਣਗੇ, ਉਸ ਤੋਂ ਬਾਅਦ ਜਿਹੜੀ ਗੱਲ ਹੁੰਦੀ ਹੈ ਉਹ ਫਿਰ ਦੇਖਣ ਵਾਲੀ ਹੋਵੇਗੀ ਕਿ ਅੱਗੇ ਜਿਹੜਾ ਹਾਈਕਮਾਨ ਦਾ ਕੀ ਫੈਸਲਾ ਆਉਂਦਾ। ਤਲਵੰਤ ਜੀ, ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸਨ ਮੇਰੇ ਸਹਿਯੋਗੀ ਪੱਤਰਕਾਰ ਧਨਵੰਤ ਸਿੰਘ ਘੁਮਾਣ, ਜਿਨ੍ਹਾਂ ਨੇ ਇਹਨਾਂ ਖਬਰਾਂ 'ਤੇ ਆਪਣੇ ਵਿਚਾਰ ਦਿੱਤੇ। ਤੁਹਾਨੂੰ ਸਾਡੀ ਇਹ ਵਿਚਾਰ ਚਰਚਾ ਕਿਵੇਂ ਲੱਗੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ।